अमृतसर के इलाका मजीठ मंडी में हर साल की तरह इस साल भी रामनवमी का त्यौहार बड़ी श्रद्धा भावना के साथ मनाया गया। भजन मंडलियों के द्वारा प्रभु राम जी का गुणगान किया गया और सेवादारों ने प्रभु राम जी की जीवनी के बारे में बताया। इस मौके पर लंगर भंडारा सारा दिन चलता रहा। शोभा यात्रा का भी स्वागत किया गया। खबर आज तक से मधु राजपूत की खास रिपोर्ट। दुनिया में फिर से दुनिया में फिर से भगवान ਤੁਹਾਨੂੰ ਸਾਰਿਆਂ ਨੂੰ ਅੱਜ ਰਾਮਨੌਮੀ ਦੀ ਬਹੁਤ ਬਹੁਤ ਵਧਾਈ ਹੋਵੇ। ਤੁਸੀਂ ਦੇਖ ਰਹੇ ਹੋ ਮਜੀਠ ਮੰਡੀ 'ਚ ਬੜੀ ਐਕਸਾਈਟਮੈਂਟ ਆ, ਲੋਕ ਖੁਸ਼ ਨੇ। ਇਹ ਖੁਸ਼ੀ ਖਾਸ ਤੌਰ 'ਤੇ ਇਸ ਲਈ ਹੈ ਕਿ 450 ਸਾਲਾਂ ਬਾਅਦ ਰਾਮ ਲਾਲਾ ਆਪਣੇ ਵਾਪਸ ਪਹੁੰਚੇ ਨੇ ਸਥਾਨ 'ਤੇ, ਅਤੇ ਉਹਦੀ ਖੁਸ਼ੀ ਦੇਸ਼ ਭਰ 'ਚ ਹੈ ਅਤੇ ਆਪਣੇ ਅੰਮ੍ਰਿਤਸਰ 'ਚ ਵੀ ਹੈ, ਇੱਥੇ ਵੀ ਆ। ਅਤੇ ਅਸੀਂ ਭਗਵਾਨ ਨੂੰ ਇਹੋ ਹੀ ਪ੍ਰਾਰਥਨਾ ਕਰਾਂਗੇ ਕਿ ਸਾਨੂੰ ਸਾਰਿਆਂ ਨੂੰ ਸ਼ਕਤੀ ਦਿਓ ਅਤੇ ਅੰਮ੍ਰਿਤਸਰ ਦਾ ਅਤੇ ਮਜੀਠ ਮੰਡੀ ਦਾ ਫਿਊਚਰ ਅਸੀਂ ਬਦਲੀਏ। ਇੱਥੇ ਕਿੰਨੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਅਗਰ ਅਸੀਂ ਬਾਹਰ ਪਹੁੰਚਾ ਦਈਏ ਤਾਂ ਸਾਡਾ ਪੰਜਾਬੀ ਭਾਈਚਾਰਾ ਉੱਥੇ ਵੀ ਇਹਨੂੰ ਟੁੱਟ ਟੁੱਟ ਕੇ ਖਰੀਦੇਗਾ ਅਤੇ ਸਾਡੇ ਇੱਥੇ ਇਨਕਮਾਂ ਵਧਣਗੀਆਂ ਅਤੇ ਖੁਸ਼ਹਾਲੀ ਵਧੇਗੀ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਸਭ ਤੋਂ ਪਹਿਲੇ ਮੈਂ ਤੁਹਾਡੇ ਸਾਰੇ ਚੈਨਲ ਵਾਲੇ, ਪ੍ਰੈਸ ਵਾਲੇ ਭਰਾਵਾਂ ਨੂੰ, ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ, ਜਿਹੜੇ ਕਿ ਹਮੇਸ਼ਾ ਹੀ ਸਾਡੇ ਕੋਈ ਵੀ ਪ੍ਰੋਗਰਾਮ ਹੋਏਗਾ ਜ਼ਰੂਰ ਸਾਰੇ ਜਣੇ ਆਉਂਦੇ ਆ। ਉਹ ਸਾਡੇ ਤੁਹਾਡੇ ਆਉਣ ਨਾਲ ਇੱਕ ਜੋਸ਼ ਹੋਰ ਵੱਧ ਜਾਂਦਾ। ਔਰ ਅੱਜ ਦਿਨ ਕਿੰਨਾ ਵਧੀਆ ਦਿਨ ਹੈ। ਮੈਂ ਸਾਰੇ ਵਪਾਰੀਆਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਰਾਮਨੌਮੀ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਔਰ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਇੱਕ ਬੜਾ ਭਾਗਿਆਸ਼ਾਲੀ ਸਮਝਣਾ ਕਿ ਮੈਂ ਇਸ ਯੁੱਗ 'ਚ ਪੈਦਾ ਹੋਇਆ ਜਿਸ ਯੁੱਗ 'ਚ ਸਾਡੇ ਤਪਸਵੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਹੈ, ਜਿਨ੍ਹਾਂ ਦੇ ਹੁੰਦਿਆਂ ਸਾਨੂੰ ਇਹ ਸਿਖਾਇਆ ਗਿਆ ਕਿ ਸਨਾਤਨ ਧਰਮ ਔਰ ਹਿੰਦੂ ਧਰਮ 'ਚ ਕੀ ਨਵੀਂ ਚੀਜ਼ ਹੈ ਔਰ ਅਸੀਂ ਕਿੱਥੇ ਖੜ੍ਹੇ ਹਾਂ। ਇੰਨੇ ਸਾਲਾਂ ਦੇ ਵਿੱਚ, 70 ਸਾਲਾਂ 'ਚ ਸਾਨੂੰ ਅੱਜ ਤੱਕ ਇਹ ਨਹੀਂ ਸਮਝ ਪਾ ਰਹੀ ਸੀ ਕਿ ਅਸੀਂ ਕਿਹੜੇ ਪਾਸੇ ਜਾਣਾ। ਉਹਨਾਂ ਨੇ ਸਾਡੀ ਸੋਚ ਵੀ ਬਦਲੀ ਹੈ, ਉਹਨਾਂ ਨੇ ਸਾਡੀ ਦ੍ਰਿਸ਼ਟੀ ਵੀ ਬਦਲੀ ਹੈ। ਪਰਮਾਤਮਾ ਦੇ ਅੱਗੇ ਦੁਆ ਇਹੋ ਕਰਦੇ ਹਾਂ ਕਿ ਹੇ ਪਰਮਾਤਮਾ, ਇਹਨਾਂ ਨੂੰ ਲੰਬੀ ਉਮਰ ਦੇਈਂ, ਇਹਨਾਂ ਨੂੰ ਸਿਹਤ ਬਖਸ਼ੀ, ਤਾਂ ਕਿ ਅਸੀਂ ਅੱਗੇ ਵੀ ਇਸ ਤਰ੍ਹਾਂ ਵਧੀ ਰਹੀਏ। ਸਾਡੀ ਮਜੀਠ ਮੰਡੀ ਅਯੋਧਿਆ 'ਚ ਵੀ ਮੰਦਰ ਮੱਥਾ ਟੇਕ ਕੇ ਆਏ ਆ। ਔਰ ਮੈਂ ਸਾਰਿਆਂ ਨੂੰ ਇੱਕ ਮਤਲਬ ਇੱਕ ਮੇਰੇ ਵੱਲੋਂ ਕਹਿਣਾ ਚਾਹੁੰਦਾ ਕਿ ਸਾਰੇ ਬੰਦੇ ਇੱਕ ਵਾਰੀ ਰਾਮ ਮੰਦਰ ਜ਼ਰੂਰ ਦੇਖ ਕੇ ਆਉਣ। ਔਰ ਬਹੁਤ ਹੀ ਅੱਛਾ ਮੰਦਰ ਬਣਿਆ, ਬੜਾ ਇਹੋ ਜਿਹਾ ਬੰਦੇ ਮੰਦਰ ਬਣਿਆ ਕਿ ਤੁਸੀਂ ਅੰਦਰ ਜਾਓਗੇ ਔਰ ਇਹੋ ਜਿਹੀ ਮੂਰਤੀ ਹੈ ਕਿ ਜਿਹੜੀ ਕਿ ਮੂੰਹੋਂ ਬੋਲਦੀ ਹੈ। ਔਰ ਬਹੁਤ ਹੀ ਅੱਛਾ ਮੰਦਰ ਬਣਿਆ, ਹਰ ਬੰਦੇ ਨੂੰ ਜਾਣਾ ਚਾਹੀਦਾ ਉੱਥੇ। ਮੈਂ ਫਿਰ ਦੁਬਾਰਾ ਸਾਰਿਆਂ ਨੂੰ ਦੁਬਾਰਾ ਮੁਬਾਰਕਬਾਦ ਦਿੰਦਾ ਸ਼੍ਰੀ ਰਾਮ ਦਾ। ਇੱਕ ਵਾਰੀ ਜਗਾਰਾ ਬੋਲਾਂਗੇ, ਨਾਰੇ ਵੀਰ ਬਜਰੰਗੇ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਮਜੀਠ ਮੰਡੀ ਰਾਮਨੌਮੀ ਕਮੇਟੀ ਦਾ ਪ੍ਰਧਾਨ ਰਵਿੰਦਰ ਅਰੋੜਾ, ਸਾਰੇ ਸ਼ਹਿਰ ਵਾਸੀਆਂ ਨੂੰ ਇਸ ਉਤਸਵ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ। ਅਤੇ ਆਪਣੀ ਮਜੀਠ ਮੰਡੀ ਦੇ ਵਪਾਰੀ ਭਰਾਵਾਂ ਵੱਲੋਂ, ਫੈਡਰੇਸ਼ਨ ਔਫ ਕਿਰਾਣਾ ਗੁਬਰਚਲ ਐਸੋਸੀਏਸ਼ਨ ਦੀ ਤਰਫੋਂ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਇਸ ਪਾਵਨ ਪਰਵ ਦੇ ਉੱਤੇ। ਸਾਰੇ ਹਿੰਦੂ ਸਮਾਜ ਨੂੰ, ਸਾਰੇ ਸਾਡੇ ਹਿੰਦੁਸਤਾਨੀਆਂ ਨੂੰ ਮੈਂ ਅਪੀਲ ਕਰਨਾ ਕਿ ਅੱਜ ਇਸ ਸ਼ੁਭ ਅਵਸਰ ਦੇ ਉੱਤੇ, ਰਾਮਨੌਮੀ ਦੇ ਉੱਤੇ, ਆਪਣਾ
ਦੂਈ ਦੀਪ ਵਾਲਾ ਕਰਨ ਅਤੇ ਪਟਾਕੇ ਚਲਾਉਣ ਅਤੇ ਆਪਣਾ ਜੋ ਆਦਰਸ਼ ਸਾਡੇ ਰਾਮ ਜੀ ਸਾਡੇ ਆਦਰਸ਼ ਨੇ ਉਹਨਾਂ ਦੇ ਬਾਰੇ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਕਿ ਉਹਨਾਂ ਨੇ ਮਰਿਆਦਾ 'ਚ ਰਹਿ ਕੇ ਆਪਣਾ ਸਾਰਾ ਕੰਮ ਜੀਵਨ ਯਾਪਨ ਕੀਤਾ, ਅੱਗੋਂ ਬੱਚਿਆਂ ਨੂੰ ਸੰਸਕਾਰ ਦਿਓ ਕਿ ਰਾਮ ਜੀ ਵਰਗੇ ਬਣਨ, ਬੁਰੇ ਨਸ਼ਾ ਲੱਤਾਂ 'ਚ ਨਾ ਪੈਣ, ਗੰਦੇ ਕਰਮਾਂ 'ਚ ਨਾ ਪੈਣ, ਅੱਛੇ ਕਰਮ ਕਰਨ, ਜਿਹਦਾ ਸਾਡਾ ਸਮਾਜ ਸੁਧਰੇਗਾ, ਸਾਡਾ ਸਮਾਜ ਸੁਧਰੇਗਾ ਅਤੇ ਅਸੀਂ ਸੁਧਰਾਂਗੇ ਤਾਂ ਸਮਾਜ ਵੀ ਸੁਧਰੇਗਾ, ਦੇਸ਼ ਸੁਧਰੇਗਾ। ਜੈ ਸ਼੍ਰੀ ਰਾਮ। ਅੱਜ ਸਾਡੇ ਇੱਥੇ ਭਜਨ ਦਾ ਪ੍ਰੋਗਰਾਮ ਹੋਇਆ ਜੀ 1 ਤੋਂ ਲੈ ਕੇ 4 ਵਜੇ ਤੱਕ। ਹੁਣ ਸ਼ੋਭਾ ਯਾਤਰਾ ਆ ਰਹੀ ਹੈ ਦੁਰਗਿਆਨਾ ਮੰਦਰ ਤੋਂ, ਉਹਦੇ ਕੈਸਤ ਸ਼ਿਵਰ ਵਾਸਾ ਦੀ ਉਹਨਾਂ ਦੀ ਸਵਾਰੀ 5 ਮਿੰਟ ਤੱਕ ਇੱਥੇ ਪਹੁੰਚ ਰਹੀ ਹੈ ਅਤੇ ਜਿਨ੍ਹਾਂ ਦਾ ਅਸੀਂ ਸਾਰਾ ਸਵਾਗਤ ਵੀ ਕਰਾਂਗੇ ਔਰ ਸ਼ਹਿਰ 'ਚ ਉਹਨਾਂ ਦੇ ਨਾਲ ਹੀ ਜਾ ਕੇ ਚੱਕਰ ਵੀ ਲਾਵਾਂਗੇ। ਮਜੀਠ ਮੰਡੀ ਰਾਮਨੌਮੀ ਕਮੇਟੀ ਰਵਿੰਦਰ ਅਰੋੜਾ ਪ੍ਰਧਾਨ। ਮੈਂ ਸਲੀਲ ਅਰੋੜਾ, ਮਜੀਠ ਮੰਡੀ ਰਾਮਨੌਮੀ ਕਮੇਟੀ ਦਾ ਜਨਰਲ ਸੈਕਟਰੀ। ਸਾਰੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਰਾਮਨੌਮੀ ਦੇ ਸ਼ੁਭ ਅਵਸਰ 'ਤੇ ਵਧਾਈ ਦਿੰਦਾ ਹਾਂ ਔਰ ਅਪੀਲ ਕਰਦਾ ਹਾਂ ਕਿ ਅੱਜ ਸ਼ਾਮ ਨੂੰ ਭਗਵਾਨ ਰਾਮ ਦੇ ਜਨਮ ਉਤਸਵ ਦੇ ਉੱਤੇ ਆਪਣੇ ਆਪਣੇ ਘਰਾਂ 'ਚ ਆਪਣੀਆਂ ਆਪਣੀਆਂ ਦੁਕਾਨਾਂ 'ਤੇ ਦੀਪਮਾਲਾ ਕਰਨ, ਆ ਰਹੀ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਔਰ ਉਹਦਾ ਸਵਾਗਤ ਕਰਨ, ਆਪਣੇ ਬੱਚਿਆਂ ਨੂੰ ਭਗਵਾਨ ਰਾਮ ਦੇ ਜੀਵਨ ਦੀ ਇਹ ਉਦਾਹਰਣ ਦੇ ਕੇ ਉਹਨਾਂ ਨੂੰ ਆਪਣੇ ਮਰਿਆਦਾ, ਉਹਨਾਂ ਦੇ ਮਰਿਆਦਾ ਦੇ ਵਿੱਚ ਜਿਸ ਤਰ੍ਹਾਂ ਭਗਵਾਨ ਰਾਮ ਰਹੇ ਉਹਦੇ ਮਰਿਆਦਾ ਵਿੱਚ ਚੱਲਣ ਦਾ ਇੱਕ ਉਹਨਾਂ ਨੂੰ ਸੰਸਕਾਰ ਦੇਣ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਜੀਵਨ ਯਾਪਨ ਕਰ ਸਕਣ। ਜੈ ਸ਼੍ਰੀ ਰਾਮ।